ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਿਲਜ ਮਿੰਟੋਰ ਦੇ ਓਫਿਸ਼ਲ ਈ ਲਰਨਿੰਗ ਪਲੈਟਫਾਰਮ 'ਤੇ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਉਮੀਦ ਕਰ ਰਹੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਆਪਣਾ ਅਤੇ ਆਪਣੇ ਪਰਿਵਾਰ ਦਾ ਵੀ ਖਿਆਲ ਰੱਖ ਰਹੇ ਹੋਵੋਗੇ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ 1 ਅਪ੍ਰੈਲ ਹੋ ਸਕਦਾ ਅਪ੍ਰੈਲ ਫੂਲ ਮਨਾਉਣ ਦੇ ਲਈ 2 ਐਸੇ ਫਰਜ਼ੀ ਇਸ਼ਤਿਹਾਰ ਜਾਰੀ ਕੀਤੇ ਗਏ, ਜਿਨ੍ਹਾਂ ਇਸ਼ਤਿਹਾਰਾਂ ਦੇ ਵਜ੍ਹਾ ਦੇ ਨਾਲ ਹਜ਼ਾਰਾਂ ਬੱਚੇ ਪ੍ਰਭਾਵਿਤ ਹੋਏ। ਪਹਿਲਾ ਪੁਲਿਸ ਦਾ ਸੀਗਾ, ਦੂਸਰਾ ਸੀਗਾ ਪਟਵਾਰੀ ਦਾ ਲੈ ਕੇ। ਔਰ ਉਸ ਤੋਂ ਵੀ ਮਾੜੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਫੇਸਬੁੱਕ ਜਾਂ ਵਟਸਐਪ ਜਾਂ ਫਰੈਂਡ ਹੁੰਦੇ ਨੇ, ਇੱਕ ਦੂਜਿਆਂ ਤੱਕ ਫਟਾਫਟ ਸ਼ੇਅਰ ਕਰਦੇ ਨੇ। ਆਈ ਥਿੰਕ ਚੱਜ ਦੀ ਗੱਲ ਕੋਈ ਨਹੀਂ ਸ਼ੇਅਰ ਕਰੇਗਾ, ਹਮੇਸ਼ਾ ਐਸੀਆਂ ਫਰਜ਼ੀ ਖਬਰਾਂ ਨੂੰ ਬਹੁਤ ਤਾਲੁਕ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਸੂਬੇ ਦੇ ਜਿਹੜੇ ਕਿ ਕੋਚਿੰਗ ਸੈਂਟਰ ਵਾਲੇ, ਉਹਨਾਂ ਨੇ ਵੀ ਆਪਣੇ ਟੈਗ ਲਾ ਕੇ ਉਸ ਫਰਜ਼ੀ ਇਸ਼ਤਿਹਾਰ ਨੂੰ ਜਾਰੀ ਕੀਤਾ। ਉਸ ਤੋਂ ਵੱਧ ਕੇ ਗੱਲ ਕਰਦੇ ਹਾਂ ਤਾਂ ਜਿਹੜੇ ਯੂਟਿਊਬਰ ਨੇ, ਜਿਹੜੇ ਗਿਆਨ ਬਣਦੇ ਨੇ ਤਾਂ ਜਾਣਕਾਰੀ ਦਿੰਦੇ ਨੇ, ਉਹਨਾਂ ਨੇ ਵੀ ਖਬਰਾਂ ਦਿੱਤੀਆਂ। ਮਤਲਬ ਕਿ ਘੱਟੋ ਘੱਟ ਵੀ ਕਿਸੇ ਚੀਜ਼ ਨੂੰ ਨਿਰਪੱਖਤਾ ਨਾਲ ਜਾਣਨ ਤੋਂ ਪਹਿਲਾਂ ਹੀ ਕੋਈ ਫਰਜ਼ੀ ਖਬਰ ਪਾ ਕੇ ਕਿਸੇ ਦਾ ਧਿਆਨ ਖਰਾਬ ਕਰਨਾ, ਇਹ ਵੀ ਬਹੁਤ ਚੰਗੀ ਗੱਲ ਨਹੀਂ ਹੈ। ਐਸਐਸ ਬੋਰਡ ਦੁਆਰਾ ਇਸ ਨੋਟੀਫਿਕੇਸ਼ਨ 'ਤੇ ਪੂਰਾ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ। ਹਾਲਾਂਕਿ ਬਹੁਤ ਸਾਰੇ ਬੱਚਿਆਂ ਨੇ, ਮੈਂ ਨਹੀਂ ਕਹਾਂਗਾ ਲੱਖਾਂ ਦੇ ਹਿਸਾਬ ਨਾਲ, ਪਰ ਜਿਨ੍ਹਾਂ ਨੇ ਵੀ ਸਾਡੇ ਤੱਕ ਅਪਰੋਚ ਕੀਤੀ ਸੀਗੀ ਤਾਂ ਸਾਨੂੰ ਜਿੰਨੀ ਜਾਣਕਾਰੀ ਪੁਖਤਾ ਤੌਰ 'ਤੇ ਮਿਲੀ ਸੀ, ਔਰ ਅਸੀਂ ਇਹੀ ਜਾਣਕਾਰੀ ਦਿੱਤੀ ਉਹਨਾਂ ਬੱਚਿਆਂ ਨੂੰ ਕਿ ਇਹ ਉਹ ਨੋਟੀਫਿਕੇਸ਼ਨ ਫਰਜ਼ੀ ਹੈ, ਤੁਹਾਡਾ ਪੇਪਰ 2 ਮਈ ਨੂੰ ਹੀ ਹੋਏਗਾ, 3 ਮਈ ਨੂੰ ਨਹੀਂ ਹੋਏਗਾ, 2 ਮਈ ਨੂੰ ਹੀ ਹੋਏਗਾ। ਸੋ ਦੈਟ ਇਸ ਗੱਲਾਂ 'ਤੇ ਪਲੀਜ਼ ਥੋੜ੍ਹੇ ਸਿਆਣੇ ਬਣੋ, ਆਪਣੇ ਪੇਪਰ ਦੀ ਤਿਆਰੀ ਕਰੋ। ਔਰ ਇਸ 'ਤੇ ਸਪਸ਼ਟੀਕਰਨ ਦਿੰਦਿਆਂ ਹੋਇਆਂ ਚੇਅਰਮੈਨ ਨੇ ਸੂਚਿਤ ਕਰ ਦਿੱਤਾ ਹੈ ਕਿ ਲਿਖਤੀ ਪ੍ਰੀਖਿਆ ਪਹਿਲਾਂ ਅਤੇ ਨਿਰਧਾਰਿਤ ਭਾਵ ਮਿਤੀ 2 ਮਈ ਨੂੰ ਹੀ ਐਤਵਾਰ ਨੂੰ ਲਈ ਜਾ ਰਹੀ ਹੈ। ਕੁਝ ਸ਼ਰਾਰਤੀ ਆਨਸਰਾਂ ਵੱਲੋਂ ਪਟਵਾਰੀ ਦੀ ਅਸਾਮੀਆਂ ਸੰਬੰਧੀ ਰੱਖੀ ਗਈ ਲਿਖਤੀ ਪ੍ਰੀਖਿਆ ਮੁਲਤਵੀ ਕਰਨ ਸੰਬੰਧੀ ਸੋਸ਼ਲ ਮੀਡੀਆ 'ਤੇ ਜਾਅਲੀ ਚਿੱਠੀ ਵਾਇਰਲ ਕੀਤੀ ਜਾ ਰਹੀ ਹੈ, ਜਿਸ ਕਰਕੇ ਬੋਰਡ ਨੇ ਇਹਦੇ ਸੰਬੰਧ ਦੇ ਵਿੱਚ ਇੰਪੋਰਟੈਂਟ ਅਪਡੇਟ ਜਾਰੀ ਕਰ ਦਿੱਤੀ ਹੈ। ਔਰ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਭਵਿੱਖ ਦੇ ਵਿੱਚ ਵੀ ਤੁਹਾਨੂੰ ਕੋਈ ਡਾਊਟ ਹੋਏਗਾ ਤਾਂ ਓਫੀਸ਼ੀਅਲ ਵੈਬਸਾਈਟ ਤੋਂ ਹੀ ਲਏ ਗਏ ਪੱਤਰ ਦੁਆਰਾ, ਚਿੱਠੀ ਦੁਆਰਾ ਹੀ ਸੂਚਿਤ ਕੀਤਾ ਜਾਏਗਾ। ਸੋ ਦੈਟ ਮੇਰੀ ਸਭ ਨੂੰ ਬੇਨਤੀ ਹੈ ਕਿ ਇਹ ਭਰਤੀ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਪੋਸਟ ਦੇ ਲਈ 203 ਜਣੇ ਭਿੜ ਰਹੇ ਨੇ, ਤਾਂ ਐਸੀ ਜੇ ਸਾਨੂੰ ਕੋਈ ਐਸੀ ਕੋਈ ਖਬਰ ਹਿਲਾ ਰਹੀ ਹੈ ਤਾਂ ਪਲੀਜ਼ ਬਚੋ। ਔਰ ਮੈਂ ਬਹੁਤ ਵਾਰ ਕਿਹਾ ਕਿ ਸੋਸ਼ਲ ਮੀਡੀਆ ਜਾਂ ਸਾਨੂੰ ਫੇਸਬੁੱਕ ਜਾਂ ਫਰੈਂਡਸ ਜਾਂ ਸਾਨੂੰ ਟੈਲੀਗ੍ਰਾਮ ਗਰੁੱਪ ਹੁੰਦੇ ਨਾ, ਕਦੇ ਵੀ ਸਾਨੂੰ ਉਹ ਪੇਪਰ ਪਾਸ ਨਹੀਂ ਕਰਾਉਣਗੇ। ਸਿਰਫ ਇਹ ਬਣਾਏ ਜਾਂਦੇ ਨੇ, ਹਰ ਕੋਈ ਆਪਣਾ ਨਾਮ ਲਿਖ ਦਿੰਦਾ ਹੈ, ਟਾਰਗੇਟ ਏ, ਟਾਰਗੇਟ ਓ, ਟਾਰਗੇਟ ਏ, ਸਿੰਪਲ ਚੀਜ਼ ਹੁੰਦੀ ਹੈ, ਠੀਕ ਹੈ। ਇੱਕ ਇਸ ਤਰੀਕਿਆਂ ਦੀ ਖਬਰਾਂ ਉੱਥੋਂ ਜਾ ਕੇ ਬੱਚਾ ਪ੍ਰਭਾਵਿਤ ਹੁੰਦਾ ਹੈ। ਸੋ ਦੈਟ ਅਗਰ ਤੁਸੀਂ ਅੱਛੇ ਤਰੀਕੇ ਨਾਲ ਇੰਸਟੀਟਿਊਟ ਨਾਲ ਕਿਸੇ ਨਾਲ ਵੀ ਜੁੜੇ ਹੋ ਤਾਂ ਪਲੀਜ਼ ਉਹਨਾਂ ਨਾਲ ਜੁੜਨ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਸਹੀ ਟਾਈਮ 'ਤੇ ਆ ਜਾਣੀ। ਜੇ ਤੁਹਾਡੇ ਤੱਕ ਇਸ ਖਬਰ ਦੇ ਸੰਬੰਧ ਦੇ ਵਿੱਚ ਅਸੀਂ ਵੀ ਚਾਹੇ ਖਬਰ ਨਹੀਂ ਦਿੱਤੀ ਤਾਂ ਅਸੀਂ ਵੀ ਇਸ ਗੱਲ ਨੂੰ ਪੁਖਤਾ ਨਹੀਂ ਸੀ ਵੀ ਜਦ ਤੱਕ ਕੰਪਲੀਟ ਇਹਦੀ ਇਨਫੋਰਮੇਸ਼ਨ ਬਾਹਰ ਨਹੀਂ ਆ ਜਾਂਦੀ ਤਦ ਤੱਕ ਇਸ 'ਤੇ ਬੋਲਣਾ ਬਿਲਕੁਲ ਵੀ ਠੀਕ ਨਹੀਂ ਹੋਏਗਾ। ਹੁਣ ਦੂਜੀ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਨੂੰ ਲੈ ਕੇ ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਮੈਸੇਜ ਪਾਏ ਜਾ ਰਹੇ ਨੇ। ਕੋਈ ਕਹਿੰਦਾ ਜੀ ਭਰਤੀ ਇਹ ਆ ਚੁੱਕੀ ਹੈ, ਕੋਈ ਕਹਿੰਦਾ ਜੀ ਭਰਤੀ ਅਗਲੇ 3 ਮਹੀਨਿਆਂ ਬਾਅਦ ਹੈ, ਮਤਲਬ ਕਿ ਈਵਨ ਕਿ ਬਹੁਤ ਸਾਰੇ ਲੋਕ ਹਰ ਬਈ ਗੱਲਾਂ ਕਹਿੰਦੇ ਨੇ। ਸੋ ਧਿਆਨ ਇਹ ਰੱਖੋ ਪਲੀਜ਼, ਆਪਣਾ ਗੋਲ ਹੈ ਸਰਕਾਰੀ ਨੌਕਰੀ ਲੈਣਾ, ਔਰ ਸਿਰਫ ਆਪਾਂ ਨੂੰ ਚਾਹੀਦੀ ਇੱਕ ਪੋਸਟ, 2 ਤੁਹਾਨੂੰ ਚਾਹੀਦੀਆਂ ਨੇ। ਇੱਕ ਪੋਸਟ ਦੇ ਲਈ ਆਪਣੀ ਦਿਨ ਰਾਤ ਮਿਹਨਤ ਕਰੋ, ਬਾਕੀ ਸਾਰੀਆਂ ਛੱਡ ਦਿਓ ਬਾਕੀ ਲੋਕਾਂ ਦੇ ਲਈ, ਤਾਂ ਕਿ ਬਹੁਤ ਸਾਰੇ ਬੱਚੇ ਹੋਰ ਵੀ ਪੜ੍ਹਦੇ ਨੇ। 1152 ਪੋਸਟ ਹੈ, 1151 ਦਾ ਫਿਕਰ ਛੱਡ ਦਿਓ, 1152ਵੀਂ ਪੋਸਟ ਤੁਹਾਡੀ ਹੈ, ਪਲੀਜ਼ ਉਸ 'ਤੇ ਫੋਕਸ ਕਰੋ ਔਰ ਆਪਣਾ ਗੋਲ ਬਣਾਓ, ਆਪਣੇ ਤਰੀਕੇ ਨਾਲ ਸਟੱਡੀ ਕਰੋ, ਆਪਣਾ ਟੈਸਟ ਲਾਓ, ਜਿੱਥੋਂ ਮਰਜ਼ੀ ਲਾ ਲਓ, ਔਰ ਆਪਣਾ ਆਪ ਨੂੰ ਚੈੱਕ ਕਰੋ ਕਿ ਬਈ ਮੇਰੀ ਕਮੀ ਕਿੱਥੇ ਹੈ। ਘੱਟੋ ਘੱਟ ਵੀ ਤੁਹਾਨੂੰ 3 ਤਰੀਕ ਨੂੰ ਜਾਂ 2 ਤਰੀਕ ਸ਼ਾਮ ਨੂੰ ਪਛਤਾਵਾ ਨਹੀਂ ਹੋਏਗਾ ਜਦੋਂ ਆਨਸਰ ਕੀ ਆਏਗੀ ਕਿ ਬਈ ਮੇਰੀ ਆਹ ਮੈਨੂੰ ਆਉਂਦਾ ਸੀ, ਆਹ ਮੈਂ ਗਲਤੀ ਕਰ ਗਿਆ। ਗਲਤੀਆਂ ਹਮੇਸ਼ਾ, ਗਲਤੀ ਦੀ ਕੀਮਤ ਕੋਈ ਅਦਾ ਨਹੀਂ ਕਰ ਸਕਦਾ, ਠੀਕ ਹੈ ਜੀ। ਤਾਂ ਮੈਂ ਇਸ ਕਰਕੇ ਗੱਲ ਕਹਾਂਗਾ, ਹੋ ਸਕਦਾ ਤੁਹਾਡੇ 'ਚੋਂ ਬਹੁਤ ਸਾਰਿਆਂ ਨੂੰ ਮੇਰੀ ਗੱਲ ਚੰਗੀ ਵੀ ਨਾ ਲੱਗੇ, ਪਰ ਮੈਂ ਹਮੇਸ਼ਾ ਰਹੀ ਕਿ ਮੇਰੀ ਤਰਫੋਂ ਹਮੇਸ਼ਾ ਮੈਂ ਸੱਚ ਅਤੇ ਪ੍ਰਤੱਖਤਾ ਦੀ ਗੱਲ ਰੱਖੀ ਹੈ ਤਾਂ ਕਿ ਹਮੇਸ਼ਾ ਉਹ ਬਿਲਕੁਲ ਠੀਕ ਰਹੇ, ਪੋਜ਼ਿਟਿਵ, ਠੀਕ ਹੈ ਜੀ। ਆਪਣਾ ਖਿਆਲ ਰੱਖੋ, ਤੁਹਾਡੇ ਭਵਿੱਖ ਲਈ, ਤੁਹਾਡੇ ਹਮੇਸ਼ਾ ਬ੍ਰਾਈਟ ਫਿਊਚਰ ਦੇ ਲਈ ਮੇਰੇ ਵੱਲੋਂ, ਪੂਰੀ ਟੀਮ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਸੋ ਮੱਚ, ਟੇਕ ਕੇਅਰ, ਬਾਏ ਬਾਏ।